ਸਰਦਾਰ ਕੁਲਦੀਪ ਸਿੰਘ ਕਲਾ ਢਿੱਲੋਂ, ਸਰਦਾਰ ਕੁਲਦੀਪ ਸਿੰਘ ਕਲਾ ਢਿੱਲੋਂ ਐਮਐਲਏ ਕਾਂਗਰਸ ਪਾਰਟੀ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਜਿਮਨੀ ਚੋਣ ਦੇ ਵਿੱਚ ਬਾਈ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ, ਕਿਉਂਕਿ ਜਿਮਨੀ ਇਲੈਕਸ਼ਨ ਸਰਕਾਰ ਤੋਂ ਉਲਟ ਜਿੱਤਣੀ ਬਹੁਤ ਔਖੀ ਹੁੰਦੀ ਆ, ਉਹ ਵੀ ਇੱਕ ਆਮ ਵਰਕਰ ਨੂੰ। ਬਾਕੀ ਵੱਡੀ ਖੁਸ਼ੀ ਸਾਨੂੰ ਇਹ ਆ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਆ ਉਹ ਬਹੁਤ ਸਮੇਂ ਬਾਅਦ ਸੀਟ ਜਿੱਤੀ ਹੈ। ਪਿਛਲਾ ਲੰਮਾ ਸਮਾਂ ਸੀ ਜਿਹੜਾ ਸਾਨੂੰ ਨਮੂਸੀ ਝੱਲਣੀ ਪੈਂਦੀ ਸੀ ਜਦੋਂ ਵਾਰ ਵਾਰ ਹਾਰ ਹੁੰਦੀ ਆ, ਕਿਤੇ MP ਦੇ ਵਿੱਚ ਕਿਤੇ MLA ਦੇ ਵਿੱਚ, ਪਰ ਹੁਣ ਜਿਹੜਾ ਕਿ ਬਿਲਕੁਲ ਸਾਨੂੰ ਲਾ ਦਿੱਤਾ ਜ਼ਿਲ੍ਹੇ ਦੇ ਵਿੱਚ, ਅਤੇ ਜਿਹੜਾ ਆਪਾਂ ਕਹਿ ਸਕਦੇ ਸੀ ਵੀ ਆਪਦੀ ਰਾਜਧਾਨੀ ਕਹਿੰਦੇ ਸੀ, ਉਹ ਰਾਜਧਾਨੀ ਨੂੰ ਢਾਹ ਲੱਗ ਗਈ ਹੈ। ਕਾਂਗਰਸ ਪਾਰਟੀ ਹੁਣ ਮਜ਼ਬੂਤੀ ਵੱਲ ਵਧੇਗੀ। ਅੱਜ ਤੁਸੀਂ ਦੇਖ ਹੀ ਰਹੇ ਹੋ ਪਿਛਲੇ 2 ਦਿਨਾਂ ਤੋਂ ਵੀ ਜਿਹੜਾ ਵਰਕਰਾਂ ਦੇ ਵਿੱਚ ਆ ਉਹ ਬਹੁਤ ਜ਼ਿਆਦਾ ਜੋਸ਼ ਹੈ। ਅਤੇ ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਸੀਗੇ, ਸਾਡੇ ਆਮ ਵਰਕਰ ਨੂੰ ਪਾਰਟੀ ਨੇ ਟਿਕਟ ਦਿੱਤੀ ਸੀ, ਅਤੇ ਅੱਜ ਉਹ ਜਿੱਤ ਕੇ ਉਹਨਾਂ ਨੇ ਵੱਡੇ ਵੱਡੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਕਹਾਉਂਦੇ ਸੀ ਉਹਨਾਂ ਨੂੰ ਹਰਾ ਕੇ ਪਾਰਟੀ ਦੀ ਝੋਲੀ ਦੇ ਵਿੱਚ ਜਿਹੜੀ ਸੀਟ ਪਾਈ ਆ। ਅਸੀਂ ਉਮੀਦ ਕਰਦੇ ਹਾਂ ਵੀ ਅਗਲੀ ਜਿਹੜੀ ਸਰਕਾਰ ਆ, ਕਿਉਂਕਿ ਹਰ ਇੱਕ ਦੇ ਹੁਣ ਜਵਾਨ 'ਤੇ ਹੈ ਵੀ ਅਗਲੀ ਸਰਕਾਰ ਕਾਂਗਰਸ ਦੀ ਹੋਊਗੀ, ਅਤੇ ਬਾਈ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ ਅਗਲੀ ਵਾਰ ਵੀ ਜਿੱਤ ਕੇ ਮਿਨਿਸਟਰ ਜ਼ਰੂਰ ਬਣਗੇ। ਅਸੀਂ ਸਾਡਾ ਭਰਾ ਕੁਲਦੀਪ ਸਿੰਘ ਕਾਲਾ ਢਿੱਲੋਂ ਜੋ ਬਰਨਾਲੇ ਤੋਂ MLA ਬਣੇ ਨੇ ਕਾਂਗਰਸ ਪਾਰਟੀ ਦੇ, ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਲੱਗੂ ਵੰਡੇ ਗਏ ਨੇ ਹਲਕਾ ਮਹਿਲਕਲਾਂ 'ਚ, ਕਿਉਂਕਿ ਇੱਥੇ ਅਸੀਂ ਜੋ ਆਪ ਦਾ ਕਿਲ੍ਹਾ ਸੀ ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ 'ਚ ਬਰਨਾਲੇ 'ਚੋਂ ਢਹਿ ਢੇਰੀ ਕਰ ਦਿੱਤਾ, ਇਹਦੀ ਖੁਸ਼ੀ ਦੇ ਵਿੱਚ ਹੀ ਅੱਜ ਅਸੀਂ ਸਮੂਹ ਕਾਂਗਰਸੀ ਸਾਥੀਆਂ ਨੇ ਇੱਥੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ, ਤਾਂ ਕਿ ਸਾਡਾ ਭਰਾ ਜਿਹੜਾ MLA ਬਣੇ ਉਹਦੇ ਨਾਲ ਸਾਡਾ ਬਰਨਾਲਾ ਜ਼ਿਲ੍ਹਾ ਮਜ਼ਬੂਤ ਹੋਵੇ।